ਜਿੰਨੇ ਮੇਰੇ ਕੇਸ ਭਾਗ ਸੀ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਜ਼ਾ, ਮੈਨੂੰ 12 ਸਾਲ, ਮੇਰਾ ਬਿਆਨਾ ਤੇ ਨਾ, ਮੈਨੂੰ ਬੇਲ ਨਹੀਂ ਦੇ ਰਹੇ, ਜਾਣ ਬੁੱਝ ਕੇ ਸਾਰੇ ਇਕੱਠੇ ਹੋ ਰਹੇ ਨੇ। ਕਿਉਂ, ਕੀ ਕਾਰਨ ਕੀ ਹੈ? ਪਤਾ ਨਹੀਂ ਕੀ, ਮੈਨੂੰ ਸਮਝ ਲੱਗ ਰਹੀ ਅਤੇ ਜੁਡੀਸ਼ਰੀ ਨੂੰ ਦੇਖਣਾ ਚਾਹੀਦਾ, ਜੁਡੀਸ਼ਰੀ ਵੀ ਉਹ ਕਰ ਰਹੀ ਹੈ, ਧਿਆਨ ਦੇਖਣਾ ਚਾਹੀਦਾ ਮੇਰਾ ਕੇਸ। ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ, ਜੇ ਤੁਹਾਡੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ, ਕੀ ਕਾਰਨ ਲੱਗਦਾ? ਕੋਈ ਰਾਜਨੀਤਿਕ ਰਾਜਨੀਤਿਕ ਪ੍ਰੈਸ਼ਰ ਹੈ? ਮੈਨੂੰ ਫਾਂਸੀ, ਮੈਂ ਇੱਕ ਗੱਲ ਕਹਿਣਾ, ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ, CBI ਅੱਗੇ ਜਾਂਚ ਕਰਦੇ, ਮੈਨੂੰ ਫਾਂਸੀ ਦਿੱਤੀ ਜਾਵੇ, ਮੇਰਾ ਕੋਈ ਡਾਕੂਮੈਂਟ ਸਾਰਾ ਹੀ ਹੋ ਚੁੱਕਿਆ। ਇਸੇ ਸੇਮ FIR ਦੇ ਵਿੱਚ ਉਹਨੂੰ 15 ਸਾਲ ਸਜ਼ਾ, ਮੈਨੂੰ 12 ਸਾਲ, ਉਹਨੂੰ ਉਹਨਾਂ ਦੀ ਹੋਗੀ ਸਾਰੇ। ਹਾਂਜੀ ਬਿਲਕੁਲ 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 ਬਿਲਕੁਲ, ਹੁਣ ਹੋਰ ਕੀਤਾ ਇਹਨਾਂ ਨੇ ਜੀ, ਇੱਕ ਹੋਰ ਕੀਤਾ ਮੈਨੂੰ ਗੌਰਮੈਂਟ ਨੇ, ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਤੇ ਕੋਈ ਕਹੇ ਵੀ ਕਿਸੇ ਨਾ ਆਇਆ, ਕਿਤੇ ਕੇਸ 'ਚ ਆਇਆ, ਕਿਤੇ ਹੋਰ ਆਇਆ, ਹੈ ਨਾ, ਜਿਹਨਾਂ ਬੰਦਿਆਂ ਦੇ ਕੇਸ ਆਏ ਇੱਥੇ, ਡਰੱਗ ਦੇ ਕੇਸ ਆਏ ਸਾਰੇ ਬਠਿੰਡੇ ਪਾਏ, ਅਤੇ ਮੈਨੂੰ ਇਹਨਾਂ ਵਿੱਚ ਕਰਤਾ ਜੀ, ਦੂਜਿਆਂ ਦੇ ਨਾਮਜ਼ਦ ਹੋਏ ਨੇ, ਜੇ ਮੇਰਾ ਕਿਤੇ ਨਾਮਜ਼ਦ ਹੋਇਆ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ, ਮੈਂ ਕੋਈ ਉੱਥੇ ਕਰ ਰਿਹਾ ਇਹ ਕੰਮ, ਹੈ ਨਾ, ਕਿਉਂ ਕੀਤੇ ਜਾ ਰਹੇ? ਇੱਕ ਸਰਕਾਰ ਨੇ ਨੀ, ਸਾਰੀ ਸਰਕਾਰ, ਇਹ ਨੀ ਮੈਂ ਇੱਕ ਦੇ ਕਹੂੰਗਾ।